असलम दोस्तों कैसे हैं दोस्तों मैं उम्मीद करता हूं कि मेरे तमाम दोस्त खैरिय से होंगे तो दोस्तों मैं आपका दोस्त अजर शाह गिलानी गोड फारम YouTube चैनल की तरफ से तो दोस्तों वास्ते आज जनाब बड़े फुल साइज जनाब बकरे लाए के हाजिर हैं प्योर मक्खी जी ने दोंदे खसी ਇਨਾ ਮੂਹ ਵੀ ਇਨਾ ਚੈੱਕ ਰਹੀ ਨੇ ਤੁਹਾਨੂੰ ਇੱਕ ਇੱਕ ਕਰਕੇ ਤਸੱਲੀ ਨਾਲ ਜਾਨਵਰ ਵੀ ਚੈੱਕ ਰਹੀ ਨੇ ਆ ਵੀਡੀਓ ਦੇ ਨਾਂ ਰਹਿਣਾ ਵੀਡੀਓ ਸਕਿਪ ਨਹੀਂ ਕਰਨੀ ਤੇ ਜਨਾਬ ਵੀਡੀਓ ਐਂਡ ਤੱਕ ਤੁਸੀਂ ਵੇਖੋ ਤੇ ਇਹਨਾਂ ਦਾ ਪੂਰਾ weight ਵੀ ਦੱਸਨੇ ਆ ਔਰ ਜਨਾਬ ਇਹਨਾਂ ਦੇ rate ਵੀ ਦੱਸਨੇ ਆ ਔਰ ਜਨਾਬ ਇਹਨਾਂ ਦੇ ਮੂਹ ਵੀ ਦੱਸਨੇ ਆ ਕਿ ਮੂਹ ਕੀ ਨੇ ਤੇ ਜਨਾਬ ਸਾਰੇ ਦੇ ਸਾਰੇ ਮੱਖੀ ਜੀ ਨੇ 10 ਬੱਕਰਾਂ ਦੀ ਲਾਟ ਹੈ ਜਨਾਬ ਇੱਕ ਇੱਕ ਕਰਕੇ ਤੁਹਾਨੂੰ ਤਸੱਲੀ ਨਾਲ ਚੈੱਕ ਰਹੀ ਨੇ ਤੇ ਜਨਾਬ ਗੁਜ਼ਾਰਿਸ਼ ਹੈ ਕਿ ਉਸ ਤੋਂ ਪਹਿਲਾਂ ਗੁਜ਼ਾਰਿਸ਼ ਹੈ ਕਿ ਜਿਹਨਾਂ ਦੋਸਤ ਹਜੇ ਤੱਕ ਸਾਡੇ ਚੈਨਲ ਗਿਲਾਨੀ ਗੋਟ ਫਾਰਮ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਘੰਟੀ ਵੀ ਦਬ ਚੈੱਕ ਕਰੋ ਹਾਈਟ ਲੰਬਾਈ ਮਾਸ਼ਾਅੱਲਾ ਹਾਈਟ ਲੈਂਥ ਹੈ ਮਾਸ਼ਾਅੱਲਾ ਫੁੱਲ ਸਾਈਜ਼ ਦਾ ਬੱਕਰਾ ਹੈ ਜਨਾਬ ਤੇ ਚਪਟੇ ਸਿੰਘ ਹੈ ਪਿਓਰ ਮੱਖੀ ਜੀ ਨਾ ਤੇ ਜਨਾਬੇ ਤਸਲੀਨ ਤੁਹਾਨੂੰ ਚੈੱਕ ਕਰਾ ਦੇਣੇ ਹੈ ਮਾਸ਼ਾਅੱਲਾ ਇਹਦਾ weight ਚੈੱਕ ਕਰੋ ਤਕਰੀਬ ਹੋ ਕੇ ਤੁਹਾਨੂੰ weight ਚੈੱਕ ਕਰਾ ਦੇਣੇ ਮਾਸ਼ਾਅੱਲਾ ਚੰਗੇ weight ਦੇ ਵਿੱਚ ਤੇ ਮੂੰਹ ਫਰੈਸ਼ ਚਾਰ ਦਾਂਦੇ ਇਹ ਚੈੱਕ ਕਰ ਸਕਦੇ ਨੇ ਵਾਈਟ ਆਖ ਦੇ ਵਿੱਚ ਮਾਸ਼ਾਅੱਲਾ ਬੈਕ ਸਿੰਘ ਬਿਲਕੁਲ ਹੀ ਮਾਸ਼ਾਅੱਲਾ ਬੈਕ ਸਿੰਘ ਚੰਗੀ ਹਾਈਟ ਲੈਂਥ ਦੇ ਵਿੱਚ ਹੈ ਪਹਿਲੇ ਨੰਬਰ ਤੇ ਆ ਗਿਆ तो जनाब दूसरे नंबर माशा बकरा चेक करो माशाला फुल हाइट लैंथ का माशाला बैकसेंग माशा खूबसूरती है आला क्वालिटी जनाब और जनाब वेहटा बच्चे भी माशा हाइट लेंथ लैंथी हो चेक कर सकते माशाला चंकी हाइट लेंथ के बेचने और जनाब नकौड़ा जैलर पट्टी माशाला चेक करो जैलर पट्टी बेहतरीन जनाब जैलर पट्टी के बेचने य दूसरे नंबर से जनाब आ गया ਇਹ ਮਾਸ਼ਾਅੱਲਾ ਜਾਨਵਰ ਤੁਹਾਨੂੰ ਕਲੋਜ਼ ਕਰਕੇ ਚੈੱਕ ਕਰਾ ਦੇਣਾ ਮਾਸ਼ਾਅੱਲਾ ਚੰਗੇ ਵੇਟਾਂ ਦੇ ਵਿੱਚ ਨੇ ਜਨਾਬ ਔਰ ਪ੍ਰਿੰਟ ਮਾਸ਼ਾਅੱਲਾ ਬਿਹਤਰੀਨ ਪ੍ਰਿੰਟ ਦੇ ਵਿੱਚ ਨਕੋੜਾ ਚਾਲਰ ਤੁਹਾਨੂੰ ਚੈੱਕ ਕਰਾ ਦੇ ਵੀ ਹੈ ਇਹ ਮਾਸ਼ਾਅੱਲਾ ਚੈੱਕ ਕਰੋ ਚੰਗੇ ਫੇਸ ਦੇ ਵਿੱਚ ਨੇ ਔਰ ਮੂੰਹ ਵੀ ਚਾਰ ਦੰਦ ਫਰੈਸ਼ ਚਾਰ ਦੰਦ ਇਹ ਵੀ ਚਾਰ ਦੰਦ ਨੇ ਮਾਸ਼ਾਅੱਲਾ ਚੰਗੇ ਵੱਡੇ ਬਕਰੇ ਨੇ ਜਿਹੜਾ ਵੱਡਾ ਬਕਰਾਂ ਹੁੰਦਾ ਜਨਾਬ ਫੁੱਲ ਸਾਈਜ਼ ਦਾ ਉਹ ਜਨਾਬ ਮੂੰਹ ਦੋ ਦੰਦ ਕਈ ਹੁੰਦੇ ਨੇ ਬਾੱਕੀ ਲੇਕਿਨ ਜ਼ਿਆਦਾਤਰ ਚਾਰ ਦੰਦ ਹੀ ਹੁੰਦੇ ਨੇ ਇਹ ਚੈੱਕ ਕਰ ਸਕਦੇ ਨੇ ਮਾਸ਼ਾਅੱਲਾ ਤੇ ਜਨਾਬ ਇਹ ਤੀਸਰੇ ਨੰਬਰ ਤੇ ਆ ਗਿਆ ਮਾਸ਼ਾਅੱਲਾ ਚੰਗੇ ਵੇਟ ਦੇ ਵਿੱਚ ਸਫੈਦ ਤਲ ਦਾ ਸਫੈਦ ਮੱਖੀ ਜੀ ਨਾ ਜਨਾਬ ਜਾਨਵਰ ਇਹ ਪਿਆ ਔਰ ਬੈਕ ਸਿੰਘ ਨੇ ਮਾਸ਼ਾਅੱਲਾ ਚੰਗੇ ਨਕੋੜੇ ਜਾਲਰ ਦੇ ਵਿੱਚ ਇਹ ਚੈੱਕ ਕਰ ਸਕਦੇ ਨੇ ਜਨਾਬ ਔਰ ਚੰਗੀ ਹਾਈਟ ਲੈਂਥ ਦੇ ਵਿੱਚ ਜਨਾਬ ਜਦੋਂ ਵੀ ਲੈ ਕੇ ਹਾਜ਼ਰ ਹੋਣੇ ਆ ਜਨਾਬ ਚੰਗੇ ਜਾਨਵਰ ਲੈ ਕੇ ਹਾਜ਼ਰ ਹੋਣੇ ਆ ਦੋਸਤਾਂ ਵਾਸਤੇ ਇਹ ਜਨਾਬ ਤੀਸਰੇ ਨੰਬਰ ਤੇ ਆ ਗਿਆ ਇਹ ਜਨਾਬ ਚੌਥੇ ਨੰਬਰ ਤੇ ਆ ਗਿਆ ਮਾਸ਼ਾਅੱਲਾ ਜਨਾਬ ਬਹੁਤ ਹੀ ਪਿਆਰਾ ਜਨਾਬ ਜਾਨਵਰ ਹੈ ਪਿਆ ਇਹ ਚੈੱਕ ਕਰ ਸਕਦੇ ਨੇ ਪਿਓਰ ਮੱਖੀ ਜੀ ਨੇ ਪੀਲੇ ਮੱਖੀ ਜੀ ਨੇ ਪ੍ਰਿੰਟ ਦੇ ਵਿੱਚ ਔਰ ਚੰਗੇ ਨਕੋੜੇ ਜਾਲਰ ਦੇ ਵਿੱਚ ਸਾਰਿਆਂ ਦੇ ਜਨਾਬ ਬੈਕ ਸਿੰਘ ਨੇ ਬੈਕ ਸਿੰਘ ਵਾਲੇ ਜਨਾਬ ਜਾਨਵਰ ਨੇ ਔਰ ਚੰਗੇ ਵੇਟਾਂ ਦੇ ਵਿੱਚ ਨੇ ਹਾਈਟ ਲੈਂਥ ਮਾਸ਼ਾਅੱਲਾ ਬਿਹਤਰੀਨ ਔਰ ਵੇਟ ਵੀ ਬਿਹਤਰੀਨ ਨੇ ਇਹ ਜਨਾਬ ਚੌਥੇ ਨੰਬਰ ਤੇ ਆ ਗਿਆ ਇਹ ਵੀ ਚਾਰ ਦੰਦ ਤੇ ਜਨਾਬ ਦੋਂਦੇ ਵੀ ਜਾਨਵਰ ਮੌਜੂਦ ਨੇ ਚੋਗੇ ਵੀ ਆਏ ਨੇ ਦੋਂਦੇ ਵੀ ਆਏ ਨੇ ਉਹ ਤੁਹਾਨੂੰ ਤਸल्ली ਨਾਲ ਦੱਸਦੇ ਜਾਵਾਂਗੇ ਕਿ ਜਨਾਬ ਇਹ ਦੋਂਦਾ ਇਹ ਚੋਗਾ ਹੈ ਪਿਆ ਇਹ ਜਨਾਬ ਚੈੱਕ ਕਰੋ ਚੌਥੇ ਨੰਬਰ ਤੇ ਆ ਗਿਆ ਤੇ ਜਨਾਬ ਇਹ ਪੰਜਵੇਂ ਨੰਬਰ ਤੇ ਆ ਗਿਆ ਇਹ ਵੀ ਮਾਸ਼ਾਅੱਲਾ ਪੀਲੇ ਮੱਖੀ ਜੀ ਨੇ ਪ੍ਰੈਂਟ ਦੇ ਵਿੱਚ ਮਾਸ਼ਾਅੱਲਾ ਬਹੁਤ ਹੀ ਪਿਆਰਾ ਜਨਾਬ ਜਾਨਵਰ ਹੈ ਸਾਰਾਂ ਦੇ ਮਾਸ਼ਾਅੱਲਾ ਬੈਕ ਸਿੰਘ ਨੇ ਬਿਲਕੁਲ ਜਿਨਾਬ ਬੈਕ ਸਿੰਘ ਦੇ ਵਿੱਚ ਚਿੰਗੇ ਨਕੌੜੇ ਚੱਲ ਰਹੇ ਨੇ ਨਕੌੜਾ ਮਾਸ਼ਾਅੱਲਾ ਚੈੱਕ ਕਰੋ ਬਿਲਕੁਲ ਹੀ ਤੋਤਾ ਫੇਸ ਦੇ ਵਿੱਚ ਨੇ ਜਨਾਬ ਤੇ ਸਾਰੇ ਦੇ ਸਾਰੇ ਖੱਸੀ ਨੇ ਤੇ ਇਹ ਜਨਾਬ ਦੋ ਦੰਦੇ ਪਿਆ ਇਹ ਪੰਜਵੇਂ ਨੰਬਰ ਤੇ ਜਨਾਬ ਦੋ ਦੰਦ ਜਾਨਵਰ ਹੈ ਪਿਆ ਇਹ ਜਨਾਬ ਆਪਣੇ ਇਲਾਕੇ ਦੇ ਵਿੱਚ ਇੱਕ ਲਾਟ ਖਰੀਦੀ ਹੈ 10 ਬੱਕਰੇ ਦੀ ਮੈਂ ਕਿਹਾ ਦੋਸਤਾਂ ਨਾਲ ਵੀ ਸ਼ੇਅਰ ਕਰਦੇ ਵੀ ਹੈ ਜਨਾਬ ਬੇਹਤਨੀ ਜਨਾਬ ਜਾਨਵਰ ਨੇ ਇਹ ਜਨਾਬ ਆ ਗਿਆ ਪੰਜਵੇਂ ਨੰਬਰ ਤੇ ਤੇ ਜਨਾਬ ਇਹ 6ਵੇਂ ਨੰਬਰ ਤੇ ਮਾਸ਼ਾਅੱਲਾ ਆ ਗਿਆ 6ਵੇਂ ਨੰਬਰ ਤੇ ਮਾਸ਼ਾਅੱਲਾ ਜਾਨਵਰ ਚੈੱਕ ਕਰੋ ਪੀਲੇ ਮੱਖੀ ਚੀਨੇ ਪ੍ਰੈਂਟ ਦੇ ਵਿੱਚ ਮਾਸ਼ਾਅੱਲਾ ਚੰਗੀ ਹਾਈ ਔਰ ਲੈਂਥ ਦੇ ਵਿੱਚ ਔਰ ਬੈਕ ਸਿੰਗ ਨੇ ਮਾਸ਼ਾਅੱਲਾ ਛੋਟੇ ਛੋਟੇ ਸਿੰਗ ਨੇ ਔਰ ਨਕੋੜ ਜਾਲਰ ਤੇ ਮਾਸ਼ਾਅੱਲਾ ਸਾਰਿਆਂ ਦੇ ਬਿਹਤਰੀਨ ਨੇ ਜਨਾਬ ਇਹ ਚੈੱਕ ਕਰ ਸਕਦੇ ਨੇ ਬਿਲਕੁਲ ਹੀ ਤੋਤਾ ਫੇਸ ਦੇ ਵਿੱਚ ਨੇ ਅਸੀਂ ਜਿੰਨੀ ਵੀ ਤਾਰੀਫ ਕਰੀਏ ਉਹਨੀ ਵੀ ਕੰਮ ਜਨਾਬ ਆ ਕੇ ਤੁਹਾਡੇ ਅੱਖਾਂ ਦੇ ਸਾਹਮਣੇ ਜਾਨਵਰ ਨੇ ਇਹੋ ਜਿਹਾ ਜਾਨਵਰ ਤੁਹਾਨੂੰ ਕਿਸੇ ਚੈਨਲ ਤੋਂ ਵੀ ਨਜ਼ਰ ਨਹੀਂ ਨਜ਼ਰ ਆਣਗੇ ਰੋਜ਼ਾਨਾ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣਾ ਦੋਸਤ ਵਾਸਤੇ ਔਰ ਚੰਗੇ ਤੋਂ ਚੰਗੇ ਜਾਨਵਰ ਲੈ ਕੇ ਹਾਜ਼ਰ ਹੋਣਾ ਜਨਾਬ ਤੇ ਮੁਨਾਸਿਬ ਰੇਟਾਂ ਦੇ ਵਿੱਚ ਇਹ ਜਨਾਬ ਵੇਟ ਵੀ ਤੁਹਾਨੂੰ ਦੱਸਾਂਗੇ ਲਾਜ਼ਮੀ ਵੀਡੀਓ ਦੇ ਨਾਲ ਰਹਿਣਾ ਤੇ ਜਨਾਬ ਇਹ 7ਵੇਂ ਨੰਬਰ ਤੇ ਆ ਗਿਆ ਮਾਸ਼ਾਅੱਲਾ ਦੋਸਤੋ ਦੱਸਣਾ ਭੁੱਲ ਗਿਆ 6ਵੇਂ ਨੰਬਰ ਵਾਲਾ ਜਿਹੜਾ ਫਰੈਸ਼ ਚਾਰ ਦਾ ਹਜੇ ਤਾਜ਼ਾ ਹੋ ਰਿਹਾ ਤੇ ਇਹ ਜਨਾਬ 7ਵੇਂ ਨੰਬਰ ਤੇ ਜਨਾਬ ਜਾਨਵਰ ਆ ਗਿਆ ਮਾਸ਼ਾਅੱਲਾ ਸਫੈਦ ਤਾਲ ਦਾ ਸਫੈਦ ਮੱਖੀ ਚੀਨਾ ਤੇ ਮਾਸ਼ਾਅੱਲਾ ਸਾਰੇ ਦੇ ਸਾਰੇ ਇੱਕੋ ਜਿਹਾ ਜਾਨਵਰ ਨੇ ਇੱਕੇ ਸਾਈਜ਼ ਦੇ ਮਾਸ਼ਾਅੱਲਾ ਤੇ ਜਨਾਬ ਬੈਕ ਸਿੰਘ ਬਿਲਕੁਲ ਹੀ ਬੈਕ ਸਿੰਘਾਂ ਦੇ ਵਿੱਚ ਨੇ ਸਾਰੇ ਦੇ ਸਾਰੇ ਇਹ ਜਨਾਬ 7ਵੇਂ ਨੰਬਰ ਤੇ ਆਲੋ ਆਲੋ ਰਫਾ ਤੇ ਜਨਾਬ 8ਵੇਂ ਨੰਬਰ ਤੇ ਮਾਸ਼ਾਅੱਲਾ ਚੰਗੀ ਹਾਈਟ ਵਾਲਾ ਜਨਾਬ ਜਾਨਵਰ ਸਫੈਤ ਅਲਦਾ ਬਿਲਕੁਲ ਹੀ ਸਫੈਤ ਅਲਦਾ ਤੇ ਨਿੱਕੇ ਨਿੱਕੇ ਸਿੰਗ ਨੇ ਜਨਾਬ ਬੈਕ ਸਿੰਗ ਨੇ ਬਿਲਕੁਲ ਹੀ ਜਨਾਬ ਚੰਗੇ ਨਕੋੜੇ ਫੇਸ ਦੇ ਵਿੱਚ ਔਰ ਜਨਾਬ ਮੂੰਹ ਵੀ ਚੈੱਕ ਕਰਕੇ ਦੱਸ ਦਿੰਨੇ ਆ ਤੁਹਾਨੂੰ ਇਹ ਚੋਗਾ ਇਹ ਚੋਗਾ ਹੋ ਚੋਗਾ ਇਹ ਤਾਜ਼ਾ ਚੋਗਾ ਹੋ ਰਿਹਾ ਜਨਾਬ ਇਹ ਵੀ ਇਹ ਜਨਾਬ ਚੈੱਕ ਕਰੋ ਮਾਸ਼ਾਅੱਲਾ ਚੰਗੀ ਹਾਈਟ ਲੈਂਥ ਦਾ ਜਨਾਬ ਤੇ ਇਹ 8ਵੇਂ ਨੰਬਰ ਤੇ ਜਨਾਬ ਜਾਨਵਰ ਆ ਗਿਆ ਤੇ ਜਨਾਬ ਹੈ 9 ਨੰਬਰ ਤੇ ਆ ਗਿਆ 마ਸ਼ਾਅੱਲਾ ਸਫੈਦ ਜਾਨਵਰ ਸਫੈਦ ਤਲ ਦਾ 마ਸ਼ਾਅੱਲਾ ਜਾਨਵਰ ਹੈ ব্রাউন ਕੰਨਾਂ ਦੇ ਵਿੱਚ ਹੈ 마ਸ਼ਾਅੱਲਾ ਚੰਗੇ ਨਕੋੜੇ ਫੇਸ ਦੇ ਵਿੱਚ ਹੈ ਔਰ ਚੰਗੇ ਹਾਈਟ ਲੈਂਥ ਦੇ ਵਿੱਚ ਹੈ ਚੰਗੇ weight ਦੇ ਵਿੱਚ ਹੈ ਜਨਾਬ ਬਿਹਤਰੀਨ ਜਨਾਬ ਜਾਨਵਰ ਹੈ 9 ਨੰਬਰ ਤੇ ਆ ਗਿਆ ਤੇ ਮੂੰਹ ਦੋ ਦੰਦ ਦੇ ਪਿਆ ਇਹ ਇਹ ਵੀ ਦੱਸਦੇ ਵੀ ਹੈ ਜਨਾਬ ਦੋਸਤੋਨ ਇਹ 마ਸ਼ਾਅੱਲਾ ਚੈੱਕ ਕਰ ਸਕਦੇ ਨੇ 12 ਤੇ جناب 10ਵੇਂ ਨੰਬਰ ਤੇ ਮਾਸ਼ਾਅੱਲਾ ਜਨਾਬ ਜਾਨਵਰ ਆ ਗਿਆ ਮਾਸ਼ਾਅੱਲਾ ਬਹੁਤ ਹੀ ਪਿਆਰਾ ਜਨਾਬ ਜਾਨਵਰ ਹੈ ਸਫੈਦ ਤਾਲ ਦਾ ਲਾਸਟ ਨੰਬਰ ਤੇ ਜਨਾਬ ਜਾਨਵਰ ਹੈ ਪਿਆ ਬਿਲਕੁਲ ਹੀ ਬੈਕ ਸਿੰਗ ਨੇ ਚੰਗੇ ਨਕੋੜੇ ਚੱਲਰ ਦੇ ਵਿੱਚ ਮਾਸ਼ਾਅੱਲਾ ਚੰਗੇ ਹਾਈਟ ਲੈਂਥ ਦੇ ਵਿੱਚ बाकी ਤੁਹਾਡੇ ਅੱਖਾਂ ਦੇ ਸਾਹਮਣੇ ਜਾਨਵਰ ਤੁਹਾਨੂੰ ਖੁਦ-ਬਖੁਦ ਨਜ਼ਰ ਆ ਰਹੇ ਨੇ ਜਨਾਬ ਇਹ ਜਾਨਵਰ ਚੈੱਕ ਕਰ ਸਕਦੇ ਨੇ ਤਸल्ली ਨਾਲ ਮਾਸ਼ਾਅੱਲਾ ਬਿਹਤਰੀਨ ਜਨਾਬ ਜਾਨਵਰ ਨੇ ਲਾਸਟ ਨੰਬਰ ਤੇ ਆ ਗਿਆ ਔਰ ਜਨਾਬ ਇਹਨਾਂ ਦੇ weight ਤੁਹਾਨੂੰ ਦੱਸ ਦੇਵੇ ਜਨਾਬ 80 ਤੋਂ 90 ਤੋਂ 100 kg ਵਾਲੇ ਜਨਾਬ ਜਾਨਵਰ ਨੇ 80 ਤੋਂ ਲੈ ਕੇ 100 kg ਤੱਕ ਜ਼ਿੰਦਾ ਜਾਨਵਰ ਨੇ ਪਿਆ ਇਹ ਜਨਾਬ ਜਾਨਵਰਾਂ ਦੇ weight ਵੀ ਤੁਹਾਨੂੰ ਦੱਸ ਦਿੱਤੇ ਨੇ ਹੁਣ ਜਨਾਬ ਤੁਹਾਨੂੰ rate ਵੀ ਦੱਸ ਦਿੰਨੇ ਆ rate ਬਿਲਕੁਲ ਹੀ ਮناسب ਹੋਣਗੇ ਜਨਾਬ ਦੋਸਤਾਂ ਵਾਸਤੇ ਜਿਹੜਾ ਭਾਈ ਰਾਬਤਾ ਕਰੇਗਾ ਰਾਬਤਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੁਸੀਂ ਰਾਬਤਾ ਕਰਕੇ ਜਨਾਬ ਜਾਨਵਰ ਮੰ डेरे आके भी तुम खरीद सकते जानवर अपने हर टाइम मजूद होंगे जनाब जिन्हें मर्जी जानवर लो अपने जानवर माशाला सारे सारे माशाला बहुत ही सैटाला सारे मक्खी चीन जानवर ने चैक कर बेहतरीन जनाब जानवर ने जब खरीदना चाहे जनाब अस्सी अस्सी हजार रुपया जनाब लग जाएगा रेट अगर कोई कला कला खरीदना चाहे कला कला भी मिल जाएगा जनाब इस रेट तिल जाएगा जनाब कले कले रेट जनाब सारे कोई खरीदना चाहे ता भी जनाबे ਰੇਟ ਹੈ ਸਾਰੇ ਦੇ ਸਾਰੇ ਇੱਕੋ ਜਿਹੇ ਜਾਨਵਰ ਨੇ ਜਨਾ ਵੇਟ ਵੀ ਤੁਹਾਨੂੰ ਦੱਸ ਦਿੱਤੇ ਨੇ ਰੇਟ ਵੀ ਦੱਸ ਦਿੱਤੇ ਨੇ ਦੋਸਤੋ ਅੱਜ ਦੀ ਵੀਡੀਓ ਇਤਨੇ ਤੱਕ ਹੀ ਹੈ ਵੀਡੀਓ ਅਗਰ ਅੱਛੀ ਲੱਗੇ ਤਾਂ ਲਾਈਕ ਕਰਨਾ ਹੈ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਔਰ ਦੋਸਤਾਂ ਵਿੱਚ ਸ਼ੇਅਰ ਕਰਨਾ ਹੈ ਸ਼ੁਕਰੀਆ